ਸੋ ਪੰਜਾਬ 'ਚ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਅਤੇ ਖਾਸ ਤੌਰ 'ਤੇ ਪੰਜਾਬ 'ਚ ਉਹ ਐਕਟੀਵਿਟੀਜ਼ ਲੈ ਕੇ ਆਉਣ ਦੇ ਲਈ ਜੋ ਤੁਹਾਨੂੰ ਹਿਮਾਚਲ 'ਚ ਜਾਂ ਵਿਦੇਸ਼ਾਂ ਵਿੱਚ ਮਿਲਦੀਆਂ ਨੇ ਉਹਦੀ ਪਹਿਲਕਦਮੀ ਪੰਜਾਬ ਸਰਕਾਰ ਵੱਲੋਂ ਕਰਨ ਦੀ ਕੋਸ਼ਿਸ਼ ਇਸ ਵਕਤ ਭਗਵੰਤ ਸਿੰਘ ਮਾਨ ਖੁਦ ਆ ਕੇ ਅਤੇ NRI ਮਿਲਣੀ ਆ ਉਸਦਾ ਜਿਹੜਾ ਕਿ ਇੱਕ ਉਦਘਾਟਨ ਵੀ ਕਰਨਗੇ। ਅਸੀਂ ਇੰਡੀਆ 'ਚ ਵੱਡੇ ਏਅਰ ਸ਼ੋਅ ਕਰਦੇ ਹਾਂ ਅਤੇ ਟੂਰਿਜ਼ਮ ਪ੍ਰਮੋਸ਼ਨ ਵਾਸਤੇ ਕੰਮ ਕਰਦੇ ਹਾਂ। ਅੱਜ ਹਵਾ ਚੱਲ ਰਹੀ ਹੈ, ਅੱਜ ਅਸੀਂ ਹਾਈਟ ਘੱਟਦੇ ਰਹੇ, ਕਰੀਬ 200 ਫੁੱਟ ਹਾਈਟ ਦੇ ਰਹੇ ਹਾਂ ਇਹਨੂੰ, ਅਸੀਂ 1000 ਫੁੱਟ ਹਾਈਟ ਤੱਕ ਲੈ ਜਾ ਸਕਦੇ ਹਾਂ। 1000 ਫੁੱਟ ਤੱਕ ਚੱਲੀ? ਹਾਂਜੀ, ਬਹੁਤ ਸੇਫ ਐਕਟੀਵਿਟੀ ਹੈ, ਇਹਦੇ 'ਚ ਕੋਈ ਰਿਸਕ ਨਹੀਂ ਹੈਗਾ, ਬਟ ਡਿਪੈਂਡ ਕਰਦਾ ਵੈਦਰ ਚੰਗਾ ਹੋਵੇ। ਆਪਾਂ ਪੰਜਾਬ ਵਾਸੀ ਬਹੁਤ ਲੇਟ ਹਾਂ, ਇਹ ਐਕਟੀਵਿਟੀ ਬਹੁਤ ਚਿਰ ਤੋਂ ਚੱਲ ਰਹੀ ਹੈ ਮੱਧ ਪ੍ਰਦੇਸ਼ ਇੰਡੀਆ ਦੇ ਬਹੁਤ ਹਿੱਸਿਆਂ 'ਚ, ਪਰ ਦੇਰ ਆਏ ਦਰੁਸਤ ਆਏ, ਅਜੇ ਵੀ ਐਕਟੀਵਿਟੀ ਅਗਰ ਸ਼ੁਰੂ ਹੋ ਗਈ ਤਾਂ ਬਹੁਤ ਵਧੀਆ। ਮੈਂ ਸਮਝਦਾ ਇਹ ਬਹੁਤ ਜ਼ਿਆਦਾ ਕੋਸਟਲੀ ਐਕਟੀਵਿਟੀ ਨਹੀਂ ਹੈਗੀ, ਇਹ ਬਹੁਤ ਸਸਤੀ ਐਕਟੀਵਿਟੀ ਹੈ। ਇਹਦੀ 1000 ਦੀ 1000 ਵਿੱਚ ਕੋਈ ਵੀ ਆਪਣਾ ਮੀਡੀਅਮ ਵਰਗ ਵੀ ਆਪਣੀ ਰਾਈਡ ਆਪਣੇ ਬੱਚਿਆਂ ਨੂੰ ਕਰਵਾ ਸਕਦਾ। ਇਹਦੀ ਰਾਈਡ ਕਰੀਬ 5-7 ਮਿੰਟ ਦੀ ਰਾਈਡ ਹੁੰਦੀ ਹੈ ਅਤੇ ਇਹਦੇ ਵਿੱਚ 3 ਤੋਂ 4 ਬੱਚੇ ਇੱਕ ਵਾਰੀ 'ਚ ਚਲੇ। ਸੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਅਤੇ ਮੈਂ ਹਾਂ ਸੁਰਖਾਵ। ਦੋਸਤੋ, ਪੰਜਾਬ 'ਚ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਅਤੇ ਖਾਸ ਤੌਰ 'ਤੇ ਪੰਜਾਬ 'ਚ ਉਹ ਐਕਟੀਵਿਟੀਜ਼ ਲੈ ਕੇ ਆਉਣ ਦੇ ਲਈ ਜੋ ਤੁਹਾਨੂੰ ਹਿਮਾਚਲ 'ਚ ਜਾਂ ਵਿਦੇਸ਼ਾਂ ਵਿੱਚ ਮਿਲਦੀਆਂ ਨੇ ਉਹਦੀ ਪਹਿਲਕਦਮੀ ਪੰਜਾਬ ਸਰਕਾਰ ਵੱਲੋਂ ਕਰਨ ਦੀ ਕੋਸ਼ਿਸ਼ ਇਸ ਵਕਤ ਭਗਵੰਤ ਸਿੰਘ ਮਾਨ ਖੁਦ ਆ ਕੇ ਅਤੇ NRI ਮਿਲਣੀ ਆ ਉਸਦਾ ਜਿਹੜਾ ਕਿ ਇੱਕ ਉਦਘਾਟਨ ਵੀ ਕਰਨਗੇ। ਅਤੇ ਮੇਰੇ ਨਾਲ ਜੋ ਐਕਟੀਵਿਟੀਜ਼ ਕਰਾਉਂਦੇ ਸੀ ਇਸ ਵਕਤ ਇੱਕ ਗੁਬਾਰੇ ਦੇ ਵਿੱਚ ਆ, ਜਿਹਨੂੰ ਹੌਟ ਏਅਰ ਬੈਲੂਨ ਕਹਿ ਦਿੰਦੇ ਨੇ। ਅਕਸਰ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋਵੋਗੇ ਅੰਤਰਰਾਸ਼ਟਰੀ ਪੱਧਰ 'ਤੇ, ਤਸਵੀਰ ਦੇਖ ਸਕਦੇ ਹੋ ਕਿ ਇਹ ਵਿਦੇਸ਼ਾਂ ਦੇ ਵਿੱਚ ਅਕਸਰ ਇਹਨਾਂ ਨੂੰ ਦਿਖਾਈ ਦਿੰਦੇ ਨੇ, ਹੌਟ ਏਅਰ ਬੈਲੂਨ ਜਾਂ ਹਿਮਾਚਲ 'ਚ ਵੀ ਦਿਖਦੇ ਨੇ। ਅਤੇ ਸਾਡੇ ਨਾਲ ਇਸ ਦੇ ਓਪਰੇਟਰ ਨੇ ਜੋ ਇੱਥੇ ਐਕਟੀਵਿਟੀ ਕਰਾਉਂਦੇ ਨੇ, ਤਾਂ ਇਹਨਾਂ ਨੂੰ ਜਾਣਕਾਰੀ ਲੈਂਦੇ ਹਾਂ ਕਿ ਕਿਵੇਂ ਇਹ ਚੀਜ਼ਾਂ ਸੰਭਵ ਨੇ ਅਤੇ ਕਿਵੇਂ ਸਾਰਾ ਕੁਛ ਕਰ ਪਾਉਂਦੇ ਨੇ ਅਤੇ ਖਾਸ ਤੌਰ 'ਤੇ ਲੋਕਾਂ ਦੇ ਵਿੱਚ ਦਿਲਚਸਪੀ ਕਿਵੇਂ ਆ। ਸ਼ੁਭ ਨਾਮ ਤੁਹਾਡਾ ਕੀ ਆ ਸਰ? ਮੈਂ ਯਾਦਵਿੰਦਰ ਸਿੰਘ ਹਾਂ ਜੀ, ਮੈਂ ਮਾਈਕਰੋਲੈਟ ਹੌਟ ਏਅਰ ਬੈਲੂਨ ਪਾਇਲਟ ਹਾਂ, ਮੈਂ ਕੁਰੂਕਸ਼ੇਤਰ ਹਰਿਆਣਾ ਤੋਂ ਬਿਲੋਂਗ ਕਰਦਾ। ਠੀਕ ਹੈ। ਮੇਰੀ ਕੰਪਨੀ ਹੈ ਸਾਹਸੀ ਗਰੁੱਪ, ਅਸੀਂ ਇੰਡੀਆ 'ਚ ਵੱਡੇ ਏਅਰ ਸ਼ੋਅ ਕਰਦੇ ਹਾਂ ਅਤੇ ਟੂਰਿਜ਼ਮ ਪ੍ਰਮੋਸ਼ਨ ਵਾਸਤੇ ਕੰਮ ਕਰਦੇ ਹਾਂ। ਇੱਥੇ ਸਾਨੂੰ ਬੁਲਾਇਆ ਗਿਆ ਤਾਂ ਕਿ ਇਸ ਪਲੇਸ ਨੂੰ ਪ੍ਰਮੋਟ ਕਰ ਸਕੀਏ ਅਤੇ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਜਿਹੜੀ ਵੀ ਐਕਟੀਵਿਟੀ ਇੱਥੇ ਹੋ ਸਕਦੀ ਹੈ ਉਹ ਸ਼ੁਰੂ ਕਰ ਸਕੀਏ। ਅੱਛਾ, ਹੁਣ ਆਪਾਂ ਕਿੰਨੀ ਹਾਈਟ 'ਤੇ ਅਜੇ ਅੰਦਾਜ਼ਾ? ਅੱਜ ਹਵਾ ਚੱਲ ਰਹੀ ਹੈ, ਅੱਜ ਅਸੀਂ ਹਾਈਟ ਘੱਟਦੇ ਰਹੇ ਹਾਂ, ਕਰੀਬ 200 ਫੁੱਟ ਹਾਈਟ ਦੇ ਰਹੇ ਹਾਂ ਇਹਨੂੰ, ਅਸੀਂ 1000 ਫੁੱਟ ਹਾਈਟ ਤੱਕ ਲੈ ਜਾ ਸਕਦੇ ਹਾਂ। 1000 ਫੁੱਟ ਤੱਕ ਚੱਲੀ? ਹਾਂਜੀ, ਬਹੁਤ ਸੇਫ ਐਕਟੀਵਿਟੀ ਹੈ, ਇਹਦੇ 'ਚ ਕੋਈ ਰਿਸਕ ਨਹੀਂ ਹੈਗਾ, ਬਟ ਡਿਪੈਂਡ ਕਰਦਾ ਵੈਦਰ ਚੰਗਾ ਹੋਵੇ, ਬਹੁਤ ਚੰਗੀ ਐਕਟੀਵਿਟੀ। ਅੱਛਾ, ਜੇਕਰ ਜਿਵੇਂ ਇਹਨੂੰ ਅਸੀਂ ਅੰਤਰਰਾਸ਼ਟਰੀ ਜਿਹੜੇ ਜਾਂ ਦੇਸ਼ ਨੇ ਉਹਨਾਂ 'ਚ ਦੇਖਦੇ ਹਾਂ, ਹੈ ਨਾ, ਜਾਂ ਹਿਮਾਚਲ 'ਚ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਕਿਤੇ ਹੋਰ ਹੈਗੀ ਆ, ਤਾਂ ਲੋਕਾਂ ਦੇ ਵਿੱਚ ਖਿੱਚ ਦਾ ਕੇਂਦਰ ਕਿੰਨਾ ਕੁ ਰਹਿੰਦਾ ਹੈ ਇਹ? ਜੇ ਪੰਜਾਬ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਆਉਂਦੀ ਆ ਤਾਂ ਕੀ ਫਰਕ ਪਊਗਾ? ਆਪਾਂ ਪੰਜਾਬ ਵਾਸੀ ਬਹੁਤ ਲੇਟ ਹਾਂ, ਇਹ ਐਕਟੀਵਿਟੀ ਬਹੁਤ ਚਿਰ ਤੋਂ ਚੱਲ ਰਹੀ ਹੈ ਮੱਧ ਪ੍ਰਦੇਸ਼ ਇੰਡੀਆ ਦੇ ਬਹੁਤ ਹਿੱਸਿਆਂ 'ਚ, ਪਰ ਦੇਰ ਆਏ ਦਰੁਸਤ ਆਏ, ਅਜੇ ਵੀ ਐਕਟੀਵਿਟੀ ਅਗਰ ਸ਼ੁਰੂ ਹੋ ਗਈ ਤਾਂ ਬਹੁਤ ਵਧੀਆ। ਮੈਂ ਸਮਝਦਾ ਇਹ ਬਹੁਤ ਜ਼ਿਆਦਾ ਕੋਸਟਲੀ ਐਕਟੀਵਿਟੀ ਨਹੀਂ ਹੈਗੀ, ਇਹ ਬਹੁਤ ਸਸਤੀ ਐਕਟੀਵਿਟੀ ਹੈ। ਇਹਦੀ 1000 ਵਿੱਚ ਕੋਈ ਵੀ ਆਪਣਾ ਮੀਡੀਅਮ ਵਰਗ ਵੀ ਆਪਣੀ ਰਾਈਡ ਆਪਣੇ ਬੱਚਿਆਂ ਨੂੰ ਕਰਵਾ ਸਕਦਾ। ਇਹਦੀ ਰਾਈਡ ਕਰੀਬ 5-7 ਮਿੰਟ ਦੀ ਰਾਈਡ ਹੁੰਦੀ ਹੈ ਅਤੇ ਇਹਦੇ ਵਿੱਚ 3 ਤੋਂ 4 ਬੱਚੇ ਇੱਕ ਵਾਰੀ 'ਚ ਚਲੇ ਜਾਂਦੇ ਨੇ। ਠੀਕ ਹੈ, 3 ਤੋਂ 4 ਬੱਚੇ ਇੱਕ ਵਾਰੀ 'ਚ ਚਲੇ ਜਾਂਦੇ ਨੇ। ਜੀ 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 ਜੀ। ਅਤੇ ਪੂਰਾ ਓਵਰਆਲ ਜੇ ਦੇਖਿਆ ਜਾਵੇ, ਜੇਕਰ ਇਹਦੇ ਨਾਲ ਹੁਣ ਪੰਜਾਬ ਨੂੰ ਬਿਲਡਅਪ ਕੀਤਾ ਜਾਵੇਗਾ ਤਾਂ ਉਹਦਾ ਕੀ ਅਸਰ ਪਵੇਗਾ, ਕੀ ਫਰਕ ਪਵੇਗਾ? ਇਹ ਜਿਹੜੀ ਸ਼ੁਰੂਆਤ ਹੋਈ ਹੈ, ਮੈਂ ਸਮਝਦਾ ਬਹੁਤ ਅਸਰ ਪਵੇਗਾ। ਜਿਹੜਾ ਜਿੰਨਾ ਵੀ ਟੂਰਿਸਟ ਹੈ
ਉਹ ਪੰਜਾਬ ਹਰਿਆਣਾ ਹੋ ਕੇ ਇੱਧਰ ਜੰਮੂ ਕਸ਼ਮੀਰ ਅਤੇ ਹਿਮਾਚਲ ਜਾਂਦਾ। ਜੇ ਆਪਾਂ ਉਰੇ ਇਹਨੂੰ ਸਟਾਰਟ ਕਰੀਏ ਤਾਂ ਆਪਾਂ ਬਹੁਤ ਟੂਰਿਸਟ ਉਰੇ ਰੋਕ ਸਕਦੇ ਹਾਂ, ਕਿਉਂਕਿ ਜਿਹੜੇ ਲੋਕ ਉੱਥੇ ਐਕਟੀਵਿਟੀ ਕਰਨ ਜਾਂਦੇ ਆ ਇਹ ਸਵਿਟਜ਼ਰਲੈਂਡ ਤੋਂ ਘੱਟ ਤਾਂ ਹੈ ਨਹੀਂ। ਬਿਲਕੁਲ, ਬਹੁਤ ਸੋਹਣੀ ਜਗ੍ਹਾ ਹੈ, ਇਹ ਅੰਤਰਰਾਸ਼ਟਰੀ ਮੈਪ 'ਤੇ ਨਵਾਂ ਨਾਮ ਦਿੱਤਾ ਇਹਨੂੰ, ਮਿੰਨੀ ਗੋਆ ਕਿਹਾ ਜਾਂਦਾ, ਤੁਸੀਂ ਸਵਿਟਜ਼ਰਲੈਂਡ ਦਾ ਨਾਮ ਦਿੱਤਾ। ਜੀ 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 ਤੇ ਪੰਜਾਬ ਦੇ ਲੋਕਾਂ ਨੂੰ ਹੁਣ ਸਵਿਟਜ਼ਰਲੈਂਡ ਵਾਲੀਆਂ ਜਾਂ ਗੋਆ ਵਾਲੀਆਂ ਸੁਵਿਧਾਵਾਂ ਨੇ, ਖਾਸ ਤੌਰ 'ਤੇ ਐਡਵੈਂਚਰਸ ਦੀ ਗੱਲ ਕਰ ਲਈਏ, ਖਾਸ ਤੌਰ 'ਤੇ ਅਸੀਂ ਉਹ ਦਿਲਚਸਪ ਗਤੀਵਿਧੀਆਂ ਦੀ ਗੱਲ ਕਰ ਲਈਏ ਜਿਹੜੀਆਂ ਹੁਣ ਪੰਜਾਬ 'ਚ ਮਿਲਣਗੀਆਂ, ਪੰਜਾਬ ਦੇ ਉਸ ਇਲਾਕੇ ਨੂੰ ਪਛਾਣ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਹੁਣ ਤੱਕ ਕਿਤੇ ਨਾ ਕਿਤੇ ਅਰਗੋ ਲਿਆ ਗਿਆ। ਹਾਲਾਂਕਿ ਹੁਣ ਦੇਖਣਾ ਹੈ ਇਹ NRI ਸੰਮੇਲਨ ਅਤੇ ਉਸ ਤੋਂ ਬਾਅਦ ਜਿਹੜੀ ਐਕਟੀਵਿਟੀਜ਼ ਨੇ ਜਾਂ ਐਡਵੈਂਚਰਸ ਨੇ ਉਹਦੇ ਨਾਲ ਪੰਜਾਬ ਦੀ ਇਕਾਨਮੀ 'ਤੇ ਕੀ ਅਸਰ ਪੈਂਦਾ ਅਤੇ ਲੋਕ ਕਿਵੇਂ ਇਸ ਚੀਜ਼ ਵੱਲ ਜਿਹੜਾ ਕਿ ਹੈ ਉਹ ਵੱਧਦੇ ਨੇ, ਕਿਵੇਂ ਉਤਸ਼ਾਹਿਤ ਹੁੰਦੇ ਨੇ। ਮੈਂ ਸਰਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਪਠਾਨਕੋਟ।